ਜੰਮੂ ਕਟੜਾ ਐਕਸਪ੍ਰੈਸ ਹਾਈਵੇ ਨੂੰ ਲੈ ਕੇ ਲਗਾਤਾਰ ਕਿਸਾਨ ਅਤੇ ਪ੍ਰਸ਼ਾਸਨ ਆਮੋ ਸਾਹਮਣੇ ਨੇ। ਮਲੇਰਕੋਟਲਾ ਦੇ ਵਿੱਚ ਜਿੱਥੇ ਕਿਸਾਨਾਂ ਦੇ ਵਿਚਕਾਰ ਟਕਰਾਅ ਹੋਇਆ ਪੁਲਿਸ ਪ੍ਰਸ਼ਾਸਨ ਦੇ ਨਾਲ, ਉੱਥੇ ਹੀ ਹੁਣ ਇਹੀ ਹਾਲਾਤ ਤਰਨ ਤਾਰਨ ਦੇ ਵਿੱਚ ਵੀ ਬਣਦੇ ਨਜ਼ਰ ਆ ਰਹੇ ਨੇ। ਤਾਂ ਦੱਸ ਦਈਏ ਕਿ ਤਰਨ ਤਾਰਨ ਦੇ ਵਿੱਚੋਂ ਵੀ ਇਹ ਐਕਸਪ੍ਰੈਸ ਹਾਈਵੇ ਨਿਕਲਣਾ ਅਤੇ ਉੱਥੇ ਵੀ ਕਿਸਾਨਾਂ ਦੀ ਜ਼ਮੀਨ ਨੂੰ ਐਕੁਆਇਰ ਕਰਨ ਦੇ ਲਈ ਹੁਣ ਪੁਲਿਸ ਪ੍ਰਸ਼ਾਸਨ ਪਹੁੰਚਿਆ। ਵੱਡੀ ਗਿਣਤੀ ਦੇ ਵਿੱਚ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ ਅਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੀ ਡਟ ਗਈਆਂ ਨੇ। ਤਾਂ ਇੱਥੇ ਵੀ ਟਕਰਾਅ ਦੇ ਬਿਲਕੁਲ ਆਸਾਰ ਹੋ ਸਕਦੇ ਨੇ। ਕਿਸਾਨਾਂ ਦਾ ਕਹਿਣਾ ਹੈ ਕਿ ਜ਼ਮੀਨ ਕਿਸੇ ਦੇ ਨਾਮ ਹੈ ਅਤੇ ਮੁਆਵਜ਼ਾ ਇਸਦਾ ਕਿਸੇ ਨੂੰ ਦਿੱਤਾ ਜਾ ਰਿਹਾ, ਜਿਹੜਾ ਇਸਦਾ ਅਸਲ ਹੱਕਦਾਰ ਹੈ ਉਸ ਤੱਕ ਇਹ ਮੁਆਵਜ਼ਾ ਨਹੀਂ ਪਹੁੰਚਿਆ, ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਦੋ ਦੋ ਕਿੱਲੇ ਜ਼ਮੀਨ ਇਸ ਐਕੁਆਇਰ ਹੋਈ ਜ਼ਮੀਨ ਦੇ ਵਿੱਚ ਗਈ ਹੈ, ਪਰ ਉਹਨਾਂ ਨੂੰ ਢੁਕਵਾਂ ਬਣਦਾ ਮੁਆਵਜ਼ਾ ਹਾਲੇ ਤੱਕ ਨਹੀਂ ਦਿੱਤਾ ਗਿਆ। ਪ੍ਰਸ਼ਾਸਨ ਦੇ ਵੱਲੋਂ ਵੀ ਕਿਸੇ ਨੂੰ 38 ਲੱਖ ਰੁਪਏ ਦਿੱਤਾ ਜਾ ਰਿਹਾ ਅਤੇ ਕਿਸੇ ਨੂੰ 65 ਲੱਖ ਰੁਪਏ ਮੁਆਵਜ਼ਾ ਦਿੱਤਾ ਜਾ ਰਿਹਾ। ਹਾਲਾਂਕਿ ਜੋ ਜ਼ਮੀਨ ਹੈ, ਜਦੋਂ ਇਹ ਹਾਈਵੇ ਨਿਕਲਦਾ ਤਾਂ ਉਸ ਤੋਂ ਬਾਅਦ ਜ਼ਮੀਨ ਨੂੰ ਆਉਣ ਜਾਣ ਦਾ ਰਸਤਾ ਜੋ ਹੈ ਉਹ ਕਿਤੇ ਵੀ ਨਹੀਂ ਬਚਦਾ, ਜਿਸ ਦੇ ਕਾਰਨ ਹੁਣ ਉਹਨਾਂ ਨੂੰ ਜ਼ਮੀਨਾਂ ਆਪਣੀਆਂ ਦੂਰ ਜਾ ਕੇ ਖਰੀਦਣੀਆਂ ਪੈਣੀਆਂ ਨੇ। ਪਰ ਪ੍ਰਸ਼ਾਸਨ ਦੇ ਵੱਲੋਂ ਕਿਤੇ ਨਾ ਕਿਤੇ ਉਹਨਾਂ ਨੂੰ ਉਚਿਤ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ, ਜਿਸ ਦੇ ਕਾਰਨ ਉਹਨਾਂ ਦੇ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ। ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤਰਨ ਤਾਰਨ ਜ਼ਿਲ੍ਹੇ ਦਾ ਮੀਤ ਪ੍ਰਧਾਨ ਦਿਆਲ ਸਿੰਘ ਮੀਆਂ ਵੇਂਡਾ, ਅੱਜ 6 ਫਤਿਹ ਸਾਨੂੰ ਪਤਾ ਲੱਗਾ ਬਹੁਤ ਵੱਡੇ ਪੱਧਰ ਤੇ ਜਿਹੜਾ ਪੁਲਿਸ ਪ੍ਰਸ਼ਾਸਨ ਤੇ ਜੇਸਬੀਆਂ ਤੇ ਹੈਡਰੇ ਤੇ ਪੋਗਲਾਨਾ ਲੈ ਕੇ ਸਾਡੀ ਜ਼ਮੀਨ ਤੇ ਕਬਜ਼ਾ ਲੈਣ ਆਇਆ ਵਾ। ਅਸੀਂ ਇਹ ਕਰਕੇ ਵਿਰੋਧ ਕਰਨ ਡਏ ਹਾਂ। ਇੱਥੇ ਦਾ ਕੋਈ ਵੀ ਜਿਹੜਾ ਕਿਸੇ ਕਿਸਾਨ ਨੇ ਪੈਸੇ ਨਹੀਂ ਅਜੇ ਚੁੱਕੇ, ਬਹੁਤ ਕਿਸਾਨ ਰਹਿੰਦੇ ਜਿਨ੍ਹਾਂ ਨੇ ਪੈਸੇ ਚੁੱਕਣੇ ਆ, ਕੋਈ ਇੱਥੇ ਵਾਰਡ ਨਹੀਂ ਹੋਇਆ। ਫਿਰ ਜਿਹੜਾ ਅਸੀਂ ਆਉਂਦੇ ਹਾਂ ਸਾਡੇ ਨਾਲ ਟੇਬਲ ਤੇ ਬਹਿ ਕੇ ਗੱਲ ਕਰ ਲਓ, ਜਿਹੜਾ ਸਰਵੇ ਰੋਡ ਦੇ ਨਾ ਉਹਦੇ ਬਾਰੇ ਤੁਸੀਂ ਕੀ ਕਰਨ ਡੇ। ਦੂਸਰਾ ਜਿਹੜੇ ਵੱਡੇ ਵੱਡੇ ਤੁਸੀਂ 8-9-10 ਫੁੱਟ ਸੜਕ ਉੱਤੇ ਲੈ ਜਾਂਦੇ ਆ, ਇਹ ਜਿਹੜੀ ਸਾਡੀ ਜ਼ਮੀਨ ਦੂਸਰੇ ਬੰਨੇ ਕਨਾਲ 2 ਕਨਾਲਾਂ ਕਿੱਲਾ ਰਹਿ ਜਾਂਦੀ ਆ, ਉਹਦਾ ਸਾਨੂੰ ਤੁਸੀਂ ਕੀ ਕਰਦੇ, ਕੀ ਰੇਟ ਦੇਣ ਡੇ? ਅਸੀਂ ਟੇਬਲ ਤੇ ਬਹਿ ਕੇ ਗੱਲਬਾਤ ਤੋਂ ਕਿਤੇ ਨਹੀਂ ਭੱਜਦੇ। ਪਰ ਜੇ ਕਦੇ ਭਗਵੰਤ ਮਾਨ ਸਰਕਾਰ, ਮੋਦੀ ਸਰਕਾਰ ਆਖੇ ਵੀ ਅਸੀਂ ਜ਼ਬਰੀ ਕਬਜ਼ਾ ਲੈ ਲਾਂਗੇ, ਬਿਲਕੁਲ ਜ਼ਬਰੀ ਕਬਜ਼ਾ ਨਹੀਂ ਦੇਵਾਂਗੇ। ਅਸੀਂ ਉਹ ਕੌਮ ਦੇ ਵਿੱਚੋਂ ਵਾ ਜਿਹੜੇ ਸਾਡੇ ਗੁਰੂਆਂ ਨੇ ਸਾਡੀ ਜ਼ਮੀਨ ਧਰਤੀ ਬਚਾਉਣ ਵਾਸਤੇ ਆਪਣਾ ਪੂਰਾ ਪਰਿਵਾਰ ਵਾਰਤਾ ਸੀ ਤੇ ਆਪਣੇ ਹੱਕ ਲਏਗੇ। ਇਸ ਕਰਕੇ ਅਸੀਂ ਮੋਦੀ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ, ਭਗਵੰਤ ਮਾਨ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ, ਜੇ ਤੁਸੀਂ ਕਦੇ ਸੋਚਦੇ ਜੇ ਜ਼ਬਰੀ ਅਸੀਂ ਕਬਜ਼ਾ ਲੈ ਲਈਏ, ਬਿਲਕੁਲ ਕਬਜ਼ਾ ਨਹੀਂ ਦੇਵਾਂਗੇ। ਕਿਉਂਕਿ ਜਿਹੜਾ ਕਿਸਾਨ ਕਦੇ ਆਪਣੇ ਭਰਾ ਦੀ ਵੱਟ ਵੀ ਵੱਢ ਲਏ ਤੇ ਉਹ ਜਿਹੜਾ ਭਰਾ ਕਤਲ ਕਰ ਦਿੰਦਾ ਵਾ, ਤੇ ਤੁਸੀਂ ਆਂਦੇ ਜ਼ਬਰੀ ਅਸੀਂ ਕਬਜ਼ਾ ਲੈ ਲਾਂਗੇ। ਜੇ ਕਬਜ਼ਾ ਲੈਣਾ ਜੇ, ਹਾਂ ਇਹ ਕਤਰਾ ਲੈ ਸਕਦੇ ਜੀ, ਸਾਡੇ ਤੇ ਲਾਠੀ ਚਾਰਜ ਕਰ ਲਓ, ਸਾਡੇ ਸਾਡੀਆਂ ਲਾਸ਼ਾਂ ਦੇ ਉੱਤੋਂ ਦੀ ਆਪਣੀਆਂ ਪੋਗਲਾਨਾ ਜੇਸਮੀਆਂ ਨਿਕਾ ਲਓ, ਫੇਰ ਕਬਜ਼ਾ ਲੈ ਲਿਓ। ਪਹਿਲਾਂ ਸਾਨੂੰ ਮਾਰਨਾ ਪਊਗਾ, ਫੇਰ ਕਬਜ਼ਾ ਤੁਸੀਂ ਲੈ ਸਕਦੇ ਜੇ, ਨਹੀਂ ਤੇ ਕਿਸੇ ਵੀ ਕੀਮਤ ਤੇ ਅਸੀਂ ਕਬਜ਼ਾ ਨਹੀਂ ਲੈਣ ਦੇਵਾਂਗੇ ਤੁਹਾਨੂੰ। ਸਰਕਾਰ ਕਿੰਨੀ ਤੁਹਾਨੂੰ ਕੀਮਤ ਦਿੱਤੀ ਜਾ ਰਹੀ ਹੈ? ਬਿਲਕੁਲ ਕੋਈ ਕੀਮਤ ਨਹੀਂ ਦਿੱਤੀ ਜਾ ਰਹੀ, ਇਹ ਸਾਡੀ ਜ਼ਮੀਨ ਦਾ ਜਿਹੜਾ ਰੇਟ ਵਾ 1-2 ਕਰੋੜ ਰੁਪਇਆ ਰੇਟ ਵਾ, ਕੀ ਸਾਨੂੰ ਇਹ ਰੇਟ ਦੇਣ ਡਿਆ? ਆਪਣੇ 38,000-35,000 ਬਿਲਕੁਲ ਇਸ ਰੇਟ ਤੇ ਅਸੀਂ ਜ਼ਮੀਨ ਨਹੀਂ ਦੇਵਾਂਗੇ, ਕਿਉਂਕਿ ਅਸੀਂ ਮਾਲਕ ਵਾ ਜ਼ਮੀਨਾਂ ਦੇ, ਸਾਨੂੰ ਪਤਾ ਜ਼ਮੀਨਾਂ ਦੇ ਵੱਡਾ ਸੰਬੰਧ ਨੇ ਕਿਤਨਾ ਜ਼ਮੀਨਾਂ ਦਵਾਈਆਂ ਸਾਨੂੰ। ਕੀ ਰੇਟ ਮਿਲਿਆ ਜੀ? ਮੇਰਾ ਨਾਂ ਰੁਪਿੰਦਰ ਸਿੰਘ ਹੈ ਜੀ, ਪਿੰਡ ਮੇਰਾ ਦੀਨੇ ਵਾਲੇ। ਜ਼ਮੀਨ ਤਕਰੀਬਨ ਸਾਡੀ ਸਾਰਿਆਂ ਦੀ, ਕਿਸੇ 2 ਕਿੱਲੇ, ਕਿਸੇ 4 ਕਿੱਲੇ, 2 ਕਰਾਲ ਵਾਲੇ ਵੀ ਹੈਗੇ ਆ, ਪਰ ਜਿਹੜਾ ਉਹਦਾ ਰੇਟ ਆ 1 ਖੇਵਟ ਆ ਤੇ 2 ਰੇਟ ਆ, 1 38 ਲੱਖ ਆ, ਮੁੜ ਕੇ ਬਾਅਦ ਦੇ ਵਿੱਚ ਇਹਨਾਂ ਨੇ 1 ਕਿੱਲੇ ਦਾ ਰੇਟ ਜਿਹੜਾ ਉਹ 65 ਲੱਖ ਕਰਤਾ। ਜਿਹੜਾ ਪ੍ਰਸ਼ਾਸਨ ਆ ਬਿਲਕੁਲ ਧੱਕਾ ਕਰਨ ਡਿਆ ਵਾ, ਜਿਹੜੀਆਂ ਜ਼ਮੀਨਾਂ ਦੂਜੇ ਪਾਸੇ ਰਹਿ ਜਿਹਨਾਂ ਨੂੰ ਕੋਈ ਰਸਤਾ ਨਹੀਂ ਗਾ, ਕੋਈ ਰਾਹ ਨਹੀਂ ਗਾ। ਗੱਲ ਕਰਦੇ ਆ ਕਿ ਅਸੀਂ ਪੈਸੇ ਦੇ ਦਿੱਤੇ ਆ, ਰੁਪਈਆ ਰੱਖਿਆ ਵਿਆਹ ਨਹੀਂ ਹੋ ਜਾਂਦੇ।
ਜੇ ਕਿਸੇ ਨੇ ਪੈਸਾ ਲਿਆ ਉਹਦੀ ਮਜਬੂਰੀ ਹੈ, ਤੁਹਾਨੂੰ ਸਾਰੇ ਪੈਸੇ ਨਹੀਂ ਦਿੱਤੇ ਹਾਲੇ। ਅਵਾਰਡ ਹੋਣ ਵਾਲੇ ਸਾਡੀਆਂ ਜ਼ਮੀਨਾਂ ਦੇ, ਮਿਸ ਕਸਰਿਆਂ ਦੇ, ਪਟਵਾਰੀ ਜਾਣਦੇ ਆ, ਤਹਿਸੀਲਦਾਰ ਜਾਣਦੇ ਆ, SDM ਸਾਹਿਬ ਜਾਣਦੇ ਆ, SDM ਸਾਹਿਬ ਕੋਲ ਜੇ ਜਾਈਦਾ ਵਾ ਐਪਲੀਕੇਸ਼ਨ ਦੇਣ ਤੋਂ ਕਹਿਣ ਤਾਂ ਤੁਹਾਡੇ ਕੋਲ ਕੋਈ ਪੈਸਾ ਮੰਗਦਾ ਤੇ ਸਾਨੂੰ ਦੱਸੋ ਪੈਸਾ ਦੇ ਤਾਂ ਕੋਈ ਮੰਗੇ ਨਾ, ਜੇ ਕਿਸੇ ਨੂੰ ਦੇਣ ਦੇ, ਜੱਟ ਦੇ ਜੇਬ 'ਚ ਕੱਖ ਨਹੀਂ ਗਾੜੀ ਤੇ ਪੈਸੇ ਕਿੱਥੋਂ ਦੇਣਗੇ। ਬਾਕੀ ਇਹ ਜਿਹੜੀ ਧੱਕੇਸ਼ਾਹੀ ਆ, ਧੱਕੇਸ਼ਾਹੀ ਨਾਲ ਕੱਖ ਨਹੀਂ ਹੋਣਾ। ਜਦੋਂ ਪ੍ਰਧਾਨ ਉਹਨਾਂ ਨੇ ਕਿਹਾ ਟੇਬਲ ਦੇ ਬਹਿ ਕੇ ਗੱਲ ਕਰਨ, ਜੋ ਸਾਡੇ ਸੀਨੀਅਰ ਕਹਿਣਗੇ ਅਸੀਂ ਉਸ ਤੇ ਫੁੱਲ ਚੜਾਵਾਂਗੇ, ਬਾਕੀ ਮੁਫ਼ਤ ਜ਼ਮੀਨ ਜਿਹੜੀ ਉਹ ਨਹੀਂ ਦੇਵਾਂਗੇ। ਮੈਂ ਪਿੰਡ ਰੱਖ ਸ਼ਿਵਤਾ ਮਲਕੀਤ ਸਿੰਘ ਮੇਰਾ ਨਾਮ ਆ, 4.5 ਕਿੱਲੇ ਮੇਰੀ ਪੈਲੀ ਆਉਂਦੀ ਆ, ਰੇਟ ਦੇ ਅੰਡਰ 38 ਲੱਖ ਰੁਪਈਆ, ਜਿਹੜਾ ਕਿ 3-4 ਸਾਲ ਹੋ ਗਏ ਇਹਨਾਂ ਨਾਲ ਬੜੀਆਂ ਮੀਟਿੰਗਾਂ ਕੀਤੀਆਂ, ਪਰ ਇਹ ਵਾਰ ਵਾਰ ਉਹੀ 38 ਲੱਖ ਆ, ਤੁਸੀਂ ਪੈਸੇ ਚੁੱਕ ਲਓ, ਕੇਸ ਲਾ ਲਓ, ਪਰ ਉਹ ਸਾਨੂੰ ਮਨਜ਼ੂਰ ਨਹੀਂ ਆ। ਸਾਡੇ ਵੈਸੇ ਮਾਰਕੀਟ ਰੇਟ ਜਿਹੜਾ 35 ਲੱਖ ਆ, ਅਤੇ ਅਸੀਂ ਤਾਂ ਜੋ ਪ੍ਰਧਾਨ ਉਹਨਾਂ ਦੇ ਨਾਲ ਸਹਿਮਤੀ ਆ, ਜਿੱਥੋਂ ਤੱਕ ਇਹਨਾਂ ਨੇ ਕਹਿਣਗੇ ਉਦੋਂ ਚੁੱਕਣੇ ਆ, ਉਹਨਾਂ ਚਿਰ ਅਸੀਂ ਪੈਸੇ ਨਹੀਂ ਚੁੱਕਣੇ। ਕਿਸੇ ਨੇ ਕੋਈ ਪੈਸਾ ਨਹੀਂ ਲਿਆ? ਨਹੀਂ, ਅਸੀਂ ਨਹੀਂ ਲਿਆ, ਨਾ ਕੋਈ ਫਾਈਲ ਦਿੱਤੀ, ਨਾ ਕੋਈ ਪੈਸਾ ਚੁੱਕਿਆ, ਨਾ ਚੁੱਕਣਾ ਹੀ ਆ। ਅੱਜ ਫਿਰ ਕਬਜ਼ਾ ਲੈਣਾ? ਅੱਜ ਇਹ ਕਬਜ਼ਾ ਲੈਣਾ, ਇੱਦਾਂ ਤਾਂ ਕਬਜ਼ਾ ਅਸੀਂ ਦੇਵਾਂਗੇ ਨਹੀਂ ਇਹਨਾਂ ਨੂੰ, ਭਾਵੇਂ ਸਾਨੂੰ ਸ਼ਹੀਦੀਆਂ ਦੇਣੀਆਂ ਪੈਣ ਤਾਂ ਵੀ ਤਿਆਰ ਹਾਂ ਅਸੀਂ।